मेरा बच्चा 6.25 साल का है, इन्हूं हरनिया की प्रॉब्लम सी, इस करके असी फिर यूट्यूब ते सर्च किया ते डॉक्टर जसमीत सिंह आलूवालिया वर्गियां वीडियो देखियां ते असी ये परीक्षण करवाया बच्चे का। साडा बच्चा 2-2.5 घंटे बाद नॉर्मल हो गया। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕੁਲਵੀਰ ਕੌਰ ਹੈ। ਮੇਰਾ ਬੱਚਾ 6.25 ਸਾਲ ਦਾ ਹੈ, ਇਹਨੂੰ ਹਰਨੀਆਂ ਦੀ ਪ੍ਰੋਬਲਮ ਸੀ। ਸਾਨੂੰ ਕਈ ਡਾਕਟਰਾਂ ਤੋਂ ਅਸੀਂ ਪੁੱਛਿਆ, ਉਹਨਾਂ ਨੇ ਸਾਨੂੰ ਹੱਥ ਵਾਲੇ ਪ੍ਰਸ਼ਨ ਦੀ ਸਲਾਹ ਦਿੱਤੀ ਸੀ। ਅਸੀਂ ਇਹਦੇ ਇਸ ਫੇਵਰ ਵਿੱਚ ਨਹੀਂ ਸੀ, ਇਸ ਕਰਕੇ ਅਸੀਂ ਫਿਰ ਯੂਟਿਊਬ 'ਤੇ ਸਰਚ ਕੀਤਾ ਅਤੇ ਡਾਕਟਰ ਜਸਮੀਤ ਸਿੰਘ ਆਲੂਵਾਲੀਆ ਵਰਦੀਆਂ ਵੀਡੀਓ ਦੇਖੀਆਂ। ਅਸੀਂ ਵੀਡੀਓ ਦੇਖਣ ਤੋਂ ਬਾਅਦ ਇੱਥੇ ਸਟਾਰ ਹੋਸਪਿਟਲ ਵਿੱਚ ਆਏ। ਡਾਕਟਰ ਨੇ ਸਾਨੂੰ ਚੰਗੀ ਤਰ੍ਹਾਂ ਸਮਝਾਇਆ ਦੂਰਬੀਨ 'ਤੇ ਪ੍ਰਸ਼ਨ ਰਾਹੀਂ ਅਤੇ ਅਸੀਂ ਇਹ ਪ੍ਰੀਸ਼ਨ ਕਰਵਾਇਆ ਬੱਚੇ ਦਾ। ਪ੍ਰੀਸ਼ਨ ਦੇ ਟਾਈਮ 'ਤੇ ਸਾਨੂੰ ਪਹਿਲਾਂ ਤਾਂ ਸਾਨੂੰ ਸਕੈਨ ਦੇ ਵਿੱਚ ਇੱਕ ਪਾਸੇ ਹੀ ਹਰਨੀਆਂ ਦਿਖਾਈ ਦਿੱਤੀਆਂ ਗਈਆਂ ਸੀ। ਪ੍ਰੀਸ਼ਨ ਦੇ ਟਾਈਮ 'ਤੇ ਸਾਨੂੰ ਦੋਨੋਂ ਪਾਸੇ ਹਰਨੀਆਂ ਬਾਰੇ ਦੱਸਿਆ ਗਿਆ। ਅਸੀਂ ਦੋਨੋਂ ਪਾਸੇ ਪ੍ਰੀਸ਼ਨ ਬੱਚੇ ਦਾ ਕਰਵਾਇਆ। ਸਾਡਾ ਬੱਚਾ 2-2.5 ਘੰਟੇ ਬਾਅਦ ਨੋਰਮਲ ਹੋ ਗਿਆ। ਤੁਸੀਂ ਵੀ ਇਸ ਹੋਸਪਿਟਲ ਵਿੱਚ ਆਓ ਅਤੇ ਡਾਕਟਰ ਦੇ ਬਾਰੇ ਪਤਾ ਕਰੋ, ਸਾਰਾ ਕੁਛ ਯੂਟਿਊਬ 'ਤੇ ਦੇਖੋ ਤੇ ਤੁਹਾਨੂੰ ਡਾਕਟਰ ਬਾਰੇ ਪਤਾ ਚੱਲੇਗਾ। ਦੂਰਬੀਨ ਵਾਲਾ ਪ੍ਰੀਸ਼ਨ ਕਰਵਾਓ। ਅਸੀਂ ਦੂਰਬੀਨ ਰਾਹੀਂ ਜਿਹੜਾ ਪ੍ਰੀਸ਼ਨ ਕਰਵਾਇਆ ਸੀ, ਇਹਦੇ ਨਾਲ ਜ਼ਿਆਦਾ ਬਲੱਡ ਵੀ ਨਹੀਂ ਨਿਕਲਿਆ ਅਤੇ ਬੱਚੇ ਦੇ ਸਿਰਫ 2-3 ਛੋਟੇ ਛੋਟੇ ਕੱਟ ਆਏ ਅਤੇ ਬੱਚਾ ਬਹੁਤ ਛੇਤੀ 2-2.5 ਘੰਟੇ ਬਾਅਦ ਨੋਰਮਲ ਹੋ ਗਿਆ। ਜੇ ਤੁਹਾਨੂੰ ਵੀ ਕਿਸੇ ਨੂੰ ਇੱਦਾਂ ਦੀ ਪ੍ਰੋਬਲਮ ਹੈ ਤਾਂ ਤੁਸੀਂ ਸਟਾਰ ਹੋਸਪਿਟਲ ਜਲੰਧਰ ਆਓ ਅਤੇ ਡਾਕਟਰ ਸਾਹਿਬ ਦੀ ਸਲਾਹ ਲੈ ਕੇ ਅਤੇ ਦੂਰਬੀਨ ਰਾਹੀਂ ਵਾਲਾ ਪ੍ਰੀਸ਼ਨ ਹੀ ਕਰਵਾਓ। ਸਤਿ ਸ਼੍ਰੀ ਅਕਾਲ।